ਸ਼੍ਰੀਨਗਰ ਵਿਖੇ ਤਾਇਨਾਤ ਲੈਫਟੀਨੈਂਟ ਗੁਰਪ੍ਰੀਤ ਸਿੰਘ ਦੇ ਪਿਤਾ ਸਾਬਕਾ ਸੂਬੇਦਾਰ ਰਵਿੰਦਰ ਸਿੰਘ ਤੇ ਭਾਬੀ ਨੇ ਹੀ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਹਮਲਾ ਕਰ ਜ਼ਖਮੀ ਕਰਨ ਦੀ ਖਬਰ ਸਾਹਮਣੇ ਆਈ ਹੈ। ਲੈਫਟੀਨੈਂਟ ਕੁਪਵਾੜਾ ਵਿਖੇ ਦੇਸ਼ ਦੀ ਸੁਰੱਖਿਆ ਵਿੱਚ ਲੱਗਿਆ ਹੈ ਤੇ ਘਰ ਵਿੱਚ ਉਸਦੇ ਮਾਤਾ ਪਿਤਾ ਇਕੱਲੇ ਰਹਿੰਦੇ ਹਨ। ਉਸਦੇ ਪਿਤਾ ਸਾਬਕਾ ਸੂਬੇਦਾਰ ਰਵਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਹ ਗੁਰਦਾਸਪੁਰ ਦੇ ਪਿੰਡ ਆਲੋਵਾਲ ਵਿਖੇ ਆਪਣੀ ਹਵੇਲੀ ਵਿੱਚ ਲੱਗੇ ਮੀਟਰ ਦੀ ਤਾਰ ਵੱਢਣ ਤੋਂ ਰੋਕਣ ਗਿਆ ਸੀ ਤੇ ਇਸ ਦੌਰਾਨ ਉਸਦੇ ਸ਼ਰੀਕਿਆਂ ਵੱਲੋਂ ਬੁਲਾਏ ਗਏ ਵਿਅਕਤੀਆਂ ਨੇ ਉਸਤੇ ਹਮਲਾ ਕਰ ਦਿੱਤਾ ਤੇ ਉਸਦੇ ਨੱਕ ਤੇ ਤੇਜ਼ ਧਾਰ ਹਥਿਆਰਾਂ ਨਾਲ ਸੱਟ ਮਾਰ ਦਿੱਤੀ ਗਈ। ਦੂਜੇ ਪਾਸੇ ਦੂਜੀ ਧਿਰ ਨੇ ਸਾਬਕਾ ਸੂਬੇਦਾਰ ਤੇ ਹਮਲਾ ਕਰਨ ਦਾ ਦੋਸ਼ ਲਗਾਉਂਦਿਆਂ ਲਗਾਇਆ ਹੈ ਕਿ ਉਹਨਾਂ ਦੋਨਾਂ ਧਿਰਾਂ 'ਚ 4 ਜ਼ਖਮੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਕਰਵਾ ਰਹੇ ਹਨ ਤੇ ਥਾਣਾ ਧਾਰੀਵਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੀ ਪਿੰਡ ਆਲੋਵਾਲ, ਨਾਮ ਮੇਰਾ ਰਵਿੰਦਰ ਸਿੰਘ ਸੂਬੇਦਾਰ, ਐਕਸ ਸੂਬੇਦਾਰ ਰਵਿੰਦਰ ਸਿੰਘ ਹੈ ਅਤੇ ਮੈਂ ਸ਼ਾਮ ਦਾ 7 ਵਜੇ ਦਾ ਟਾਈਮ, 7 ਤਰੀਕ 7 ਵਜੇ ਦਾ ਟਾਈਮ ਸੀਗਾ ਇਹ, ਤਕਰੀਬਨ 7 ਵਜੇ 7:30 ਕੇ ਵਿੱਚ। ਅਤੇ ਇੱਥੇ ਕੀ ਹੋਇਆ ਕਿ ਇਹ ਪਹਿਲੋਂ ਪਲਾਨਿੰਗ ਬਣਾ ਕੇ ਬੈਠੇ ਸੀ ਕਿ ਸਾਡੀ ਬਿਜਲੀ ਦੀ ਤਾਰ ਲੰਘਣ ਡਈ ਸੀ, ਜੋ ਕਿ ਮੇਰੀ ਹਵੇਲੀ 'ਚ ਮੀਟਰ ਲੱਗਾ, ਜੋ ਕਿ ਮੇਰੀ ਮਾਤਾ ਦੇ ਨਾਂ ਸੀਗਾ। ਉਹਨਾਂ ਦੀ 31 ਜੁਲਾਈ ਨੂੰ ਡੈਥ ਹੋ ਗਈ ਹੈ। ਇਹ ਉਸ ਮੀਟਰ ਨੂੰ ਹੜੱਪਣਾ ਚਾਹੁੰਦੇ ਸੀ, ਆਪਣੇ ਘਰ ਦੇ ਵਿੱਚ ਲਾਉਣਾ ਚਾਹੁੰਦੇ ਆ। ਅਤੇ ਮੇਰੀ ਘਰਵਾਲੀ ਨੇ ਜਾ ਕੇ ਇਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਵੀ ਹਾਂ ਵੀ ਤੁਸੀਂ ਕਿਉਂ ਕੱਟੀ ਹੈ ਤਾਰ, ਇਹਨਾਂ ਜਾ ਕੇ ਦੇ ਜਿਹੜਾ ਜੀਜਾ ਆ ਸਾਡੀ ਭਰਜਾਈ ਦਾ, ਉਹਨੇ ਜਾ ਕੇ ਤੇ ਕੱਟਤੀ ਹੈ ਤਾਰ, ਇਹਨੇ ਜਾ ਕੇ ਪੁੱਛਿਆ ਵੀ ਕਿਉਂ ਕੱਟੀ ਆ। ਉਹਨਾਂ ਨੇ ਪੈਂਦੇ ਇਹਨੂੰ ਸਾਰਿਆਂ ਜਣਿਆਂ ਨੇ ਕੁੱਟਣਾ ਸ਼ੁਰੂ ਕਰਤਾ, ਜਿਹਦੇ ਵਿੱਚ ਹੈਗਾ ਗੁਰਮੁਖ ਸਿੰਘ, ਨਾਲ ਉਹ ਸਨ ਆਫ ਸਾਧੂ ਸਿੰਘ ਪਿੰਡ ਛੋਟੇਪੁਰ, ਇੱਕ ਬਿੰਦਾ ਜਿੰਦਰ ਆ ਜਿਹਦਾ ਕਿ ਹੈਗਾ ਵਾ ਪਿੰਡ ਗੁਣੀਆ, ਸਨ ਆਫ ਮਨਜੀਤ ਸਿੰਘ, ਇੱਕ ਦੂਸਰਾ ਬਿੰਦਾ, ਇੱਕ ਉਹ ਵੀ ਉਹਦਾ ਹੈਗਾ ਵਾ ਗੁਣੀਆ ਹੀ ਪਿੰਡ ਮਨਜੀਤ ਸਿੰਘ ਦਾ ਮੁੰਡਾ ਵਾ, ਅਤੇ ਇਹ ਜੋ ਕੁਛ ਇਹ ਉਹਦੇ ਭਤੀਜੇ ਲੱਗਦੇ ਆ। ਅਤੇ ਇਹਨਾਂ ਨੇ ਜ਼ਬਰਦਸਤ, ਮੈਂ ਜਿਸ ਵੇਲੇ ਗਿਆ ਜਾ ਕੇ ਛਡਾਉਣ ਲੱਗਾ ਆਪਣੀ ਘਰਵਾਲੀ ਨੂੰ, ਇਹਨਾਂ ਨੇ ਪੈਂਦਿਆਂ ਮੇਰੇ ਵੀ 2-4 ਪਹਿਲੋਂ ਗੁੱਝੀਆਂ ਸੱਟਾਂ ਮਾਰੀਆਂ, ਉਹਦੇ ਨਾਲ ਹੀ ਮੁੜ ਕੇ ਕਿਰਪਾਨ ਲੈ ਕੇ ਮੇਰੇ ਸਿਰ 'ਤੇ ਵਾਰ ਕੀਤਾ। ਹੋਰ ਸਿਰ ਦੇ ਉੱਤੇ ਨਾ ਵੱਜ ਕੇ ਮੈਂ ਆਪਣੀ ਪੁਜੀਸ਼ਨ ਪਛਾਣ ਖਿੱਚੀ ਹੈ, ਅਤੇ ਮੇਰੇ ਨੱਕ ਦੇ ਉੱਤੇ ਵੱਜ ਕੇ ਮੇਰੇ ਕੋਲ ਲਗਭਗ 14-15 ਟੈਂਕੇ ਲੱਗੇ ਆ ਜੀ ਨੱਕ ਦੇ ਉੱਤੇ। ਤੁਹਾਡਾ ਜਿਹੜਾ ਵਿਵਾਦ ਪਿਆ ਹੋਇਆ ਭਾਬੀ ਨਾਲ ਕਿਹਦੇ ਨਾਲ? ਇਹ ਭਰਜਾਈ ਲੱਗਦੀ ਹੈ ਸਾਡੀ। ਉਹਦਾ ਘਰਵਾਲਾ? ਉਹਦੇ ਘਰਵਾਲੇ ਦੀ ਡੈਥ ਹੋ ਚੁੱਕੀ, ਜੋ ਕਿ ਇਹਦੇ ਤੋਂ ਤੰਗ ਆਣ ਕੇ ਜ਼ਹਿਰ ਖਾ ਕੇ ਮਰ ਚੁੱਕਾ ਉਹ ਪਹਿਲਾਂ ਹੀ। ਅਤੇ ਉਹ ਜਿਹੜੀ ਆ ਉਹ ਕਿਸੇ ਨੂੰ ਇਹ ਵੇਖਣਾ ਨਹੀਂ ਚਾਹੁੰਦੀ, ਉਹ ਮੈਨੂੰ ਵੀ ਉਹ ਕਿਸ ਮਾਰਨ ਦੇ ਚੱਕਰ ਆ, ਮੈਨੂੰ ਕਈ ਵਾਰੀ ਉਹ ਪਹਿਲਾਂ ਕਹਿ ਚੁੱਕੀ ਕਿ ਮੈਂ ਤੈਨੂੰ ਮਰਵਾ ਦੇਣਾ। ਅਤੇ ਅੱਜ ਕਾਰਨ ਕੁਛ ਵੀ ਨਹੀਂ ਹੈ, ਕਾਰਨ ਇਹੋ ਜਿਹੇ ਵੀ ਛੋਟੀ ਮੋਟੀ ਕੋਈ ਨਾ ਕੋਈ ਘਰਾਂ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਮੇਰੇ ਪੇਸ਼ ਪਈ ਆ। ਪਹਿਲਾਂ ਵੀ ਮੇਰੇ 'ਤੇ ਥੋੜ੍ਹੇ ਦਿਨ ਪਹਿਲਾਂ ਵੀ ਮੇਰੇ 'ਤੇ ਅਟੈਕ ਕਰਾਇਆ ਉਹਨੇ 3 ਬੰਦਿਆਂ ਨਾਲ, ਉਦੋਂ ਵੀ ਸਾਡੇ ਪਿੰਡ ਦੇ 16 ਸਾਲ ਸਫਾਈ ਹੋ ਗਈ, ਉਦੋਂ ਬਾਅਦ ਫਿਰ ਇਹ 70 ਬੰਦੇ ਲੈ ਕੇ ਜ਼ਬਰਦਸਤੀ ਗਲੀ 'ਚ ਪੈਪ ਪਾਏ, ਉਹ ਵੀ ਸਾਡਾ ਲੜਾਈ ਝਗੜਾ ਹੋਇਆ। ਉਹਦੇ ਵਿੱਚ ਮੈਂ ਉਸ ਟਾਈਮ 'ਤੇ ਪ੍ਰਜੈਂਟ ਨਹੀਂ ਸੀਗਾ, ਪਰ ਉਹ ਵੀ ਅਟੈਕ ਮੇਰੇ 'ਤੇ ਸੀਗਾ ਅਤੇ ਜਿਹੜਾ ਲਾਗੇ ਵਿਚਾਰੇ ਗੁਆਂਢੀ ਕੁਛ ਉਹਨਾਂ ਨੂੰ ਵੀ ਸੱਟਾਂ ਲੱਗੀਆਂ ਸੀ ਉਸ ਟਾਈਮ 'ਤੇ, ਪਰ ਫਿਰ ਵੀ ਪਿੰਡ ਦੇ ਬੰਦਿਆਂ ਬਹਿ ਕੇ ਨਿਬੇੜ ਦਿੱਤਾ ਸੀ। ਤੁਹਾਡੇ ਘਰ 'ਚ ਕੌਣ ਕੌਣ ਰਹਿ ਰਿਹਾ ਸੀ? ਮੈਂ ਅਤੇ ਮੇਰੀ ਘਰਵਾਲੀ ਸਿਰ ਦੋਨੇ ਰਹਿ ਰਹੇ ਹਾਂ, ਬੇਟਾ ਮੇਰਾ ਜੋ ਆਰਮੀ 'ਚ ਲੈਫਟੀਨੈਂਟ ਆ ਅਤੇ ਮੈਂ ਜਿਹੜਾ ਵਾ ਸੂਬੇਦਾਰ ਰਿਟਾਇਰ ਆ, ਅਤੇ ਬੇਟੀ ਮੇਰੀ ਇੱਕ ਆ ਉਹ ਕਨੇਡਾ ਦੇ ਵਿੱਚ ਹੈ। ਬੇਟਾ ਕਿੱਥੇ ਡਿਊਟੀ ਹੈ? ਬੇਟਾ ਇਹ ਵੇਲੇ ਬੇਟੇ ਦੀ ਡਿਊਟੀ ਹੈਗੀ ਜੀ ਸ਼੍ਰੀਨਗਰ ਤੋਂ ਅੱਗੇ ਕਪੂਵਾੜਾ, ਕਪੂਵਾੜਾ ਦੇ CI ਆਪਰੇਸ਼ਨ ਦੇ ਵਿੱਚ ਆ ਉਹ, ਅਤੇ ਜੋ ਕਿ ਬੜੀ ਇੱਕ ਮਤਲਬ ਤੁਹਾਨੂੰ ਪਤਾ ਕਿਸ ਤਰ੍ਹਾਂ ਦੀ ਜਗ੍ਹਾ ਉਹ, ਅਤੇ ਮੈਂ ਖੁਦ ਇੱਕ ਫੌਜੀ ਹੋਣ ਦੇ ਨਾਤੇ ਆ ਕਿ ਬਹੁਤ ਕਠਿਨ ਡਿਊਟੀ ਆਉਂਦੀ ਇਸ ਟਾਈਮ 'ਤੇ ਜਿਹੜਾ ਕੁਛ ਛੱਡ ਕੇ ਸੱਟਾਂ ਲੱਗੀਆਂ ਇਹਨਾਂ ਦਾ ਤੁਸੀਂ ਕੰਪਲੇਂਟ ਕਰਤੀ ਹੈ ਪੁਲਿਸ ਨੂੰ? ਇਹਨੀ ਜੀ ਕੰਪਲੇਂਟ ਪੁਲਿਸ ਨੂੰ ਵੀ ਹੋ ਚੁੱਕੀ ਹੈ। ਇੱਥੇ ਥਾਣੇਦਾਰ ਨਿਰਮਲ ਸਿੰਘ ਆਇਆ ਸੀਗਾ, ASI ਬਿਆਨ ਹੋ ਗਏ, ਉਹਨੇ ਬਿਆਨ ਅਜੇ ਨਹੀਂ ਹੋਏ ਕਿਉਂਕਿ ਮੇਰਾ ਅਜੇ ਐਕਸਰਾ ਹੋਣਾ ਇੱਕ ਬਾਕੀ ਹੈ, ਅਤੇ ਉਹਦੇ ਉੱਤੇ ਬਿਆਨ ਹੋਣਗੇ। ਕੀ ਮੰਗ ਕਰਦੇ? ਮੈਂ ਇਹੋ ਮੰਗ ਕਰਦਾ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ। ਜਿਹੜਾ ਇਹਨਾਂ ਨੇ ਮੇਰੇ ਘਰ ਆਣ ਕੇ ਅਟੈਕ ਕੀਤਾ ਇਹ ਬਹੁਤ ਮਾੜਾ ਸੀਗਾ, ਠੀਕ ਹੈ ਜੀ। ਅਤੇ ਜੀਵਨ ਸਿੰਘ ਉਹਦਾ ਗੁਰਮੁਖ ਸਿੰਘ ਦਾ ਮੁੰਡਾ ਹੀ ਨਾਲ ਜੀਵਨ ਸਿੰਘ ਆ, ਅਤੇ ਮੇਰੀ ਭਰਜਾਈ ਜਤਿੰਦਰ ਕੌਰ ਆ, ਇਹਨਾਂ ਨੇ ਮਤਲਬ ਮੇਰੇ 'ਤੇ ਬਹੁਤ ਭਾਰੀ ਅਟੈਕ ਕੀਤਾ ਜੋ ਕਿ ਮੇਰੇ ਜਾਨਲੇਵਾ ਸੀਗਾ।
ਪਰ ਮਾਲਕ ਨੇ ਮੈਨੂੰ ਬਚਾ ਤਾ, ਮੇਰੇ ਇੱਕ ਲੀੜੇ ਆ ਤੁਹਾਨੂੰ ਮੈਂ ਵਿਖਾ ਦੇਣਾ, ਤੁਹਾਨੂੰ ਸਾਰੇ ਖੂਨ ਦੇ ਨਾਲ ਲੱਥ ਪੱਥ ਨੇ ਉਹ ਮੈਂ ਦਿਖਾ ਦੇਣਾ ਤੁਹਾਨੂੰ। ਗੁਰਮੁਖ ਸਿੰਘ ਮੇਰਾ ਨਾਂ ਜੀ। ਜਿਹੜਾ ਝਗੜਾ ਸੂਬੇਦਾਰ ਕਹਿੰਦਾ ਕਿ ਅਸੀਂ ਤੁਹਾਡੀ ਜਿਹੜੀ ਬੱਤੀ ਦੀ ਤਾਰ ਵੱਢੀ ਗਈ ਸੀ ਤਾਂ ਸਾਰਾ ਝਗੜਾ ਹੋਇਆ, ਤੁਸੀਂ ਆ ਕੇ ਮਾਰਿਆ? ਨਹੀਂ ਭਾਅ ਜੀ, ਇਹ ਗਾਲਾਂ ਕੱਢਣ ਡੇ ਸੀ, ਮੈਂ ਆਇਆ ਕੱਪੜੇ ਦੀਆਂ ਸਿਲਾਈ ਦੇਣ ਦੇਣ ਇੱਥੇ, ਇਹ ਲਾਂਡੇ ਸੀ ਮਿਲਾਉਂਦਿਆਂ ਨੂੰ, ਅਤੇ ਇਹ ਮੇਰੇ ਹੱਥੀ ਪੈ ਗਿਆ ਪਹਿਲਾਂ, ਮੁੜ ਕੇ ਜਿਹੜੇ ਗਏ ਹੋਏ ਇਹ ਮੁੰਡਾ ਮੁੜਿਆ ਸੀ, ਇਹਦੀ ਬੱਤੀ ਪੈ ਗਿਆ, ਹੁਣ ਮੈਂ ਉਹਨਾਂ ਪਲਟਾ ਉਹਨਾਂ ਨੂੰ ਮਾਰਿਆ ਨਾ, ਅਤੇ ਮੁੜ ਕੇ ਪਤਾ ਨਹੀਂ ਛੱਟ ਕਿੱਥੋਂ ਲਾ ਕੇ ਆ ਗਿਆ ਅਤੇ ਨਾ ਲਾਤਾ ਜੀ ਇਹਨਾਂ ਨੇ ਮਾਰਿਆ, ਫਿਰ ਗੱਲ ਕੋਈ ਨਹੀਂ ਹੋਈ। ਅੱਗੇ ਵੀ ਇਹਨੇ ਗਲੀ ਤੋਂ ਪਤਾ ਨਹੀਂ 2 ਸਾਲ ਹੋ ਗਏ ਜੀ ਲੜੀ ਹੁੰਦੀ, ਇਹਨਾਂ ਲੜਾਈ ਮੁੱਕਦੀ ਇਹਨਾਂ ਜੀ, ਕਿਰੀ ਹਰ ਵਾਲੇ ਵੀ ਪੈ ਜਾਂਦੇ ਮੇਰੀ ਕਿਰਕੇ ਨੇ ਪੈ, ਦੱਤ ਲੱਗ ਪੈਂਦੇ ਹੱਠ ਮੇਰੇ ਕੋਲ ਵੀਡੀਓ ਪਈਆਂ ਨਾ ਜੀ ਪਹਿਲਾਂ, ਇਹ ਪੇ ਤੇ 3 ਜਣੇ ਇਹ ਦੋਵੇਂ ਜੀ ਆਪਦੇ ਅੱਗੇ ਘਰ ਦੀ ਆ, ਉਹ ਮੁੰਡਾ ਇੱਕ ਹੋਰ ਬੰਦੇ। ਹਾਂਜੀ, ਕੰਪਲੇਂਟ ਨਹੀਂ ਕੀਤੀ? ਹਾਂਜੀ ਕੰਪਲੇਂਟ ਥਾਣੇ ਦਿੱਤੀ, ਅੱਗੇ ਅੱਗੇ ਦਿੱਤੀ ਪਹਿਲਾਂ ਜੀ, ਪਹਿਲਾਂ ਬੜੀਆਂ ਰਿਪੋਰਟਾਂ ਹੋਈਆਂ ਸੀ, ਅੱਜ ਦਿੱਤੀ ਹੈ। ਉਹ ਕਹਿੰਦਾ ਜੀ ਮੇਰਾ ਜਿਹੜਾ ਮੁੰਡਾ ਵਾ ਉਹ ਸ਼੍ਰੀਨਗਰ ਡਿਊਟੀ ਕਰ ਰਿਹਾ ਅਤੇ ਮੇਰੇ ਮਗਰ ਹਮਲਾ ਕਰਤਾ ਇਹਨਾਂ ਕਰਕੇ। ਨਹੀਂ ਨਹੀਂ ਇਹ ਗੱਲ ਕੋਈ ਨਹੀਂ ਭਾਈ, ਇਹ ਵੀ ਗੱਲ ਕੋਈ ਨਹੀਂ ਭਾਈ। ਤਾਰ ਕਿੰਨੀ ਵੱਡੀ ਮੀਟਰ ਦੀ ਤਾਰ ਭਾਜੀ? ਉਹਨਾਂ ਵੱਡੀ ਹੀ ਪੈਣੇ ਤੁਹਾਡੇ ਪੈਣੇ ਵੱਡੀ? ਹਾਂਜੀ ਉਹ ਹੈ 40 ਮੀਟਰ। ਉਹ ਤਾਰ ਕਿਉਂ ਵੱਡੀ? ਉਹ ਜੀ ਮੀਟਰ ਇਹਨਾਂ ਨੇ ਪਹਿਲਾਂ ਲੱਗਾ ਸੀ ਘਰ 'ਚ, ਅਤੇ ਇਹਨਾਂ ਨੇ ਕਿਹਾ ਸੀ ਵੀ ਇਹਨੂੰ ਮਾਤਾ ਇਹ ਜਾਵੇ ਯਾਰ ਉਹ ਬਜ਼ੁਰਗ ਹੀ ਜ਼ਿਆਦਾ, ਉਹ ਕਹਿੰਦੀ ਵੀ ਮੇਰਾ ਕਿੰਚਨ ਮੈਂ ਆਪਣਾ ਠੀਕ ਨਹੀਂ, ਕਿੰਚਨ ਦੇ ਦਿਓ ਲਾਈਟ ਮੁੱਕਦੇ ਲਾ ਲਿਓ ਤਾਰ ਵੱਢਣਾ ਜਾਇਜ਼ ਵਾ ਤੁਹਾਡੇ ਸਾਹਮਣੇ? ਇਹ ਨਹੀਂ ਪਤਾ ਜੀ ਉਹ ਕੀ ਕਿਸਾ ਤੋਂ ਉਹਨੂੰ, ਉਹ ਪੁਲਿਸ ਕੰਪਲੇਂਟ ਕਰ ਸਕਦੇ ਵੀ ਤਾਰ ਵੱਢੀ, ਤਾਰ ਆਪ ਵੱਢਣਾ ਸਹੀ ਆ? ਨਹੀਂ ਉਹਨਾਂ ਨੇ ਕੀਤੀ ਗੱਲ ਉਹਨਾਂ ਨੂੰ ਪਤਾ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।